ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਦੋਸਤ ਵੈਦ ਜਗਦੀਪ। ਅੱਜ ਆਪਾਂ ਗੱਲ ਕਰਨੀ ਹੈ, ਜਿਵੇਂ ਕਹਿੰਦੇ ਆ ਨਾ ਵੀ ਤੁਰੇ ਜਾਂਦੇ ਚਿੱਤੜਾਂ 'ਚ ਤੀਰ ਲੈਣ ਵਾਲਾ ਕੰਮ। ਹਜ਼ਾਰਾਂ ਬੰਦੇ ਜਿਹੜੇ ਆ ਉਹਨਾਂ ਨੂੰ ਬਿਮਾਰੀ ਕੋਈ ਹੈ ਹੀ ਨਹੀਂ ਸੀ, ਪਰ ਅਸੀਂ ਕਿੱਥੇ ਹਟਦੇ ਹਾਂ। ਅਸੀਂ ਤਾਂ ਕਹਿੰਦੇ ਹਾਂ ਆ ਬੈਲ ਮੁਝੇ ਮਾਰ। ਸੋਚ ਕੇ ਦੇਖੋ, ਅੱਜ ਆਪਾਂ ਗੱਲ ਕਰਨੀ ਹੈ ਹੱਥਰਸੀ 'ਤੇ। ਨਿੱਕੇ ਨਿੱਕੇ 15-15 ਸਾਲ ਦੇ ਫੋਨ ਆ ਰਹੇ, ਅੰਕਲ ਜੀ ਮੈਂ ਹੱਥਰਸੀ ਕਰਦਾ ਰਿਹਾ। ਅਤੇ ਮੈਂ ਕਿਹਾ ਫਿਰ ਹੁਣ ਜੁੱਤੀਆਂ ਖਾਓ, ਪਹਿਣ ਦਿਓ ਡੰਡੇ। ਪਹਿਲਾਂ ਹੱਥਰਸੀ ਕਰਨ ਦੀ ਬਿਮਾਰੀ ਲਾਈ ਕੀ ਨੇ, ਚਾਈਨਾ ਨੇ ਕਿ ਪਾਕਿਸਤਾਨ ਨੇ? ਪਹਿਲਾਂ ਹੱਥਰਸੀ ਕਰਦੇ ਰਹੇ, ਹੱਥਰਸੀ ਕਰ ਕਰਕੇ ਇੰਦਰੀ ਮਰੋੜ ਤਰੋੜ ਕੇ ਟੇਢੀ ਮੇਢੀ ਕਰ ਲਈ। ਉਦੋਂ ਬਾਅਦ ਹੁਣ ਕਿਸੇ ਵੈਦ ਨੂੰ ਲੱਭੀ ਜਾਂਦੇ, ਜੀ ਇੰਦਰੀ ਟੇਢੀ ਹੈ ਜੀ, ਸਿੱਧੀ ਕਰਨ ਦਾ ਯੰਤਰ ਦਿਓ। ਵੀ ਪਹਿਲਾਂ ਸਿਆਪਾ ਕਿਉਂ ਪਾਇਆ? ਜੇ ਤੁਸੀਂ ਇਹ ਆਦਤ ਨਾ ਕਰਦੇ ਹੋਵੋ, ਕੀ ਤੁਹਾਨੂੰ ਲੱਗਦਾ ਕਿਸੇ ਵੈਦ ਡਾਕਟਰ ਹਕੀਮ ਕੋਲ ਜਾਣ ਦੀ ਲੋੜ ਪਵੇ? 15 ਸਾਲ ਤੋਂ ਲੈ ਕੇ 25-30 ਸਾਲ ਦੇ ਬੱਚੇ ਹੱਥਰਸੀ ਕਰ ਰਹੇ ਹੈ। ਬਾਅਦ ਦੇ ਵਿੱਚ ਮੇਰਾ ਜੀ ਵਿਆਹ 15 ਦਿਨਾਂ ਤੱਕ ਮੈਨੂੰ ਘਬਰਾਹਟ ਹੋਈ ਜਾਂਦੀ। ਹੁਣ ਘਬਰਾਹਟ ਹੋਣੀ ਕਿਹਨੂੰ ਆ? ਜੇ ਅਸੀਂ ਘਬਰਾਹਟ ਵਾਲੇ ਕੰਮ ਕੀਤੇ ਆ ਤਾਂ ਫਿਰ ਘਬਰਾਹਟ ਸਾਨੂੰ ਹੀ ਹੋਣੀ ਆ ਨਾ। ਵਿਆਹ ਤੋਂ ਬਾਅਦ 2 ਮਹੀਨੇ ਲੰਘੇ, ਜੀ ਮੇਰਾ ਜੀ ਕਰਨੋਂ ਹਟ ਗਿਆ, ਮੇਰਾ ਜੀ ਮਨ ਹੀ ਸੈਕਸ ਨੂੰ ਨਹੀਂ ਕਰਦਾ, ਮੇਰਾ ਜੀ ਧਿਆਨ ਹੀ ਹੱਥਰਸੀ ਤੋਂ ਨਹੀਂ ਹਟਦਾ। ਇੱਕ ਕੰਮ ਨੂੰ ਅਗਰ ਤੁਸੀਂ ਲਗਾਤਾਰ 15-20 ਦਿਨ, ਮਹੀਨਾ, 2 ਮਹੀਨੇ, ਸਿੰਪਲ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇੱਕ ਗਲਾਸ ਪਾਣੀ ਪੀ ਕੇ ਜਿਹੜਾ ਸਵੇਰੇ ਉੱਠ ਕੇ ਟੱਟੀ ਜਾਣ ਲੱਗ ਜਾਏ ਨਾ, ਅਤੇ ਮਹੀਨੇ ਬਾਅਦ ਜੇ ਪਾਣੀ ਪੀਣ ਨੂੰ ਹਟ ਜਾਏ ਤਾਂ ਇਕੱਲਾ ਪਾਣੀ ਕਬਜ਼ ਕਰ ਜਾਂਦਾ। ਹੁਣ ਜਿਹੜਾ ਬੰਦਾ ਰੋਜ਼ ਹੱਥਰਸੀ ਕਰ ਰਿਹਾ ਔਰ ਦਿਨ 'ਚ 1 ਤੋਂ ਲੈ ਕੇ 2-2, 3-3 ਵਾਰ ਕਰ ਰਿਹਾ, ਉਹਨੂੰ ਮਾਰਨ ਦੀ ਲੋੜ ਨਹੀਂ, ਉਹਨੇ ਆਪੇ ਹੀ ਮਰ ਜਾਣਾ। ਗੱਲ ਮੇਰੀ ਕੋਰੀ ਕਰਾਰੀ ਜ਼ਰੂਰ ਲੱਗਣੀ ਹੈ ਤੁਹਾਨੂੰ, ਪਰ ਕਰੀਏ ਕੀ? ਸਮਾਜ ਨੂੰ ਅੱਜ ਇਸ ਗੱਲ ਦੀ ਲੋੜ ਹੈ, ਅੱਜ ਛੋਟੀ ਉਮਰ ਦੇ ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ ਜਿਹੜੇ ਹੱਥਰਸੀ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਆ। 15 ਸਾਲ ਦੇ 18 ਸਾਲ ਦੇ 20 ਸਾਲ ਦੇ ਨਿਆਣੇ ਜਦੋਂ ਅਸੀਂ ਸੈਕਸ ਦੀਆਂ ਕਲਾਸਾਂ ਲਾਉਂਦੇ, ਜਿਹੜੇ ਉਹਦੇ 'ਚ ਆਉਂਦੇ, ਜੇ ਉਹਨਾਂ ਨੂੰ ਪੁੱਛਦੇ ਹਾਂ ਕਿੰਨੇ ਸਾਲ ਹੋ ਗਏ, ਕੋਈ ਕਹਿੰਦਾ 5 ਸਾਲ ਹੋ ਗਏ, 15 ਸਾਲ ਦਾ ਨਿਆਣਾ ਕਹਿੰਦਾ 5 ਸਾਲ ਹੋ ਗਏ, 20 ਸਾਲ ਦਾ ਨਿਆਣਾ ਕਹਿੰਦਾ 8-10 ਸਾਲ ਹੋ ਗਏ ਹੱਥਰਸੀ ਕਰਦਿਆਂ ਨੂੰ। ਅਤੇ ਹੱਥਰਸੀ ਕਰ ਕਰਕੇ ਤੁਸੀਂ ਸੋਚ ਕੇ ਦੇਖੋ ਉਹਨਾਂ ਦੇ ਦਿਮਾਗ 'ਚ ਕਾਮ ਚਿੰਤਨ ਕਿੰਨਾ ਹੋ ਗਿਆ, ਬਿਨਾਂ ਜਨਾਨੀ ਤੋਂ, ਬਿਨਾਂ ਲੇਡੀਜ਼ ਤੋਂ, ਬਿਨਾਂ ਵਿਆਹ ਕਰਾਏ ਕਿੰਨਾ ਕੁ ਦਿਮਾਗ ਦੇ ਉੱਤੇ ਜ਼ੋਰ ਲੱਗ ਗਿਆ ਹੋਣਾ। ਕਿੱਥੇ ਅਸੀਂ ਪ੍ਰਕਿਰਿਆ ਕਰਦੇ ਹਾਂ, ਗ੍ਰਸਤ ਕਰਦੇ ਹਾਂ, ਤਾਂ ਸਾਡੀ ਇੰਦਰੀ 'ਚੋਂ ਵੀਰ 'ਚ ਬਾਹਰ ਆਉਣਾ ਸੀਗਾ। ਸਾਰੇ ਕੱਪੜੇ ਪਾਏ ਹੋਏ ਨੇ, ਸਾਰਾ ਕੁਛ ਠੀਕ ਹੈ, ਅਤੇ ਸੁੱਤੇ ਪਏ ਦਾ ਵੀਰ 'ਚ ਨਿਕਲੀ ਜਾਂਦਾ। ਹੁਣ ਸੋਚ ਕੇ ਦੇਖੋ ਜਿਹੜੇ ਵੀਰ 'ਚ ਬਣਾਉਣ ਵਾਲੇ ਅੰਡ ਕੋਸ਼ ਤੋਂ ਲੈ ਕੇ ਅਤੇ ਬਾਹਰ ਨਿਕਲਣ ਤੱਕ ਤੁਹਾਡੇ ਸਾਰੇ ਔਰਗਨਸ ਦਾ ਕਿੰਨਾ ਜ਼ੋਰ ਲੱਗ ਜਾਂਦਾ। ਹੁਣ ਇਕੱਲੀ ਇਕੱਲੀ ਚੀਜ਼ ਦਾ ਕਿੰਨਾ ਜ਼ੋਰ ਲੱਗਦਾ, ਜਦੋਂ ਰਾਤ ਵੇਲੇ ਜਿਨ੍ਹਾਂ ਨੂੰ ਸੁਪਨ ਦੋਸ਼ ਹੁੰਦਾ ਝਟਕੇ ਨਾ ਉੱਠਦੇ ਆ, ਜਦੋਂ ਵੀਰ 'ਚ ਡਿਸਚਾਰਜ ਹੋਣ ਲੱਗਦਾ ਉਦੋਂ ਸਾਰੇ ਅੰਡ ਕੋਸ਼ ਤੋਂ ਲੈ ਕੇ ਸਾਰੇ ਔਰਗਨਸ ਦਾ ਇੰਨਾ ਕੁ ਜ਼ੋਰ ਲੱਗ ਜਾਂਦਾ, ਉਹ ਹੌਲੀ 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 ਕਮਜ਼ੋਰ ਹੋ ਜਾਂਦੇ ਆ। ਵੱਡੀ ਉਮਰ ਦੇ ਲੋਕਾਂ ਨੂੰ ਅੱਜ ਬਹੁਤ ਵੱਡੀ, ਛੋਟੀ ਉਮਰ 'ਚ ਜਿਨ੍ਹਾਂ ਨੇ ਹੱਥਰਸੀ ਕੀਤੀ ਹੈ, 50 ਸਾਲ ਤੋਂ ਲੈ ਕੇ 60 ਸਾਲ, 70 ਸਾਲ, 80 ਸਾਲ ਦੇ ਬਜ਼ੁਰਗਾਂ ਨੂੰ ਦੇਖਿਆ ਜਿਨ੍ਹਾਂ ਦੇ ਅੰਦਰ ਵੀਰ 'ਚ ਖੜਦਾ ਹੀ ਨਹੀਂ ਗਾ ਜੀ, ਪਿਸ਼ਾਬ ਦੇ ਨਾਲ ਲੇਸ ਬਣ ਕੇ ਵੀਰ 'ਚ ਬਾਹਰ ਆ ਰਿਹਾ, ਕਿਉਂਕਿ ਅਸੀਂ ਨਸਾਂ ਇੰਨੀ ਤਬਦੀਲੀ ਨਸਾਂ ਦੇ ਵਿੱਚ ਲਿਆ ਦਿੰਦੇ ਜਿਹਦਾ ਕੋਈ ਹਿਸਾਬ। ਲੇਕਿਨ ਪਰਮਾਤਮਾ ਦੇ ਵਾਰੇ ਵਾਰੇ ਜਾਈਏ, ਇੰਦਰੀ ਦੀਆਂ ਜਿਹੜੀਆਂ ਨਸਾਂ ਨੇ ਕਮਜ਼ੋਰ ਹੋ ਸਕਦੀਆਂ ਨੇ, ਡੈੱਡ ਨਹੀਂ ਹੋ ਸਕਦੀਆਂ। ਉਹਨਾਂ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ, ਕਿਵੇਂ ਉਹਨਾਂ 'ਚੋਂ ਫਲੋ ਲਿਆਇਆ ਜਾ ਸਕਦਾ, ਕਿਹੜੀਆਂ ਚੀਜ਼ਾਂ ਸਾਨੂੰ ਖਾਣੀਆਂ ਚਾਹੀਦੀਆਂ, ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਕਿਹੜੀ ਖੁਰਾਕ ਸਾਨੂੰ ਖਾਣੀ ਚਾਹੀਦੀ ਹੈ, ਖਾਸ ਕਰਕੇ ਮੈਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਨੌਜਵਾਨ ਬੱਚਿਆਂ ਨੂੰ। ਜਿਹੜੇ ਲੋਕ ਕਹਿੰਦੇ ਰਾਤ ਨੂੰ ਮੈਂ ਤਾਂ ਜੀ ਜੱਗ ਭਰ ਕੇ ਦੁੱਧ ਪੀਂਦਾ, ਤੁਹਾਨੂੰ ਸੁਪਨ ਦੋਸ਼ ਅਤੇ ਧਾਤ ਤੋਂ ਕੋਈ ਨਹੀਂ ਬਚਾ ਸਕਦਾ। ਹੋਰ ਦੁੱਧ ਪੀਓ, ਜਲਦੀ ਸੁਪਨ ਦੋਸ਼ ਕਰਾਓ। ਜਿਹੜਾ ਦੁੱਧ ਸਾਨੂੰ ਕਿਹਾ, ਜਿਹਨੂੰ ਦੁੱਧ ਨੂੰ ਅਸੀਂ ਅੰਮ੍ਰਿਤ ਕਹਿੰਦੇ ਹਾਂ, ਉਹ ਦੇਸੀ ਗਾਂ ਦਾ ਦੁੱਧ ਜਿਹ 'ਚ ਵਾਟਰ ਸੋਲੇਬਲ ਕੈਲਸ਼ੀਅਮ ਹੁੰਦਾ। ਆ ਬਲੈਤੀ ਗਾਈਆਂ ਅਤੇ ਮੱਝਾਂ ਜਿਹਨਾਂ ਨੂੰ ਡਾਇਆ, ਯੂਰੀਆ, ਅਸੀਂ ਪਤਾ ਨਹੀਂ ਕਿੰਨਾ ਕੁਛ ਪਾ ਕੇ ਅਤੇ ਉਹ ਦੁੱਧ ਪੀ ਰਹੇ, ਅੱਜ ਛੋਟੀਆਂ ਬੱਚੀਆਂ ਨੂੰ 10-10 ਸਾਲ ਦੀ ਆਯੂ ਦੇ ਵਿੱਚ ਮਹਾਂਵਾਰੀ ਆਉਣੀ ਸ਼ੁਰੂ ਹੋ ਗਈ, 15 ਸਾਲ ਦੇ ਨਿਆਣੇ ਨੂੰ ਸੁਪਨ ਦੋਸ਼ ਸ਼ੁਰੂ ਹੋ ਗਿਆ। ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣਗੀਆਂ, ਸਮੇਂ ਅਨੁਸਾਰ ਸਾਨੂੰ ਤਬਦੀਲ ਹੋਣਾ ਪੈਣਾ। ਦੁੱਧ ਪੀਣਾ ਅਤੇ ਫਿਰ ਦੇਸੀ ਗਾਂ ਲਿਆਓ ਜਿਹੜੀ 4 ਲੀਟਰ ਤੋਂ 5 ਲੀਟਰ ਦਿੰਦੀ ਹੈ, ਜਿਹਨੂੰ ਅਸੀਂ ਗਊਸ਼ਾਲਾ 'ਚ ਆਰਾਮ ਕਰਨ ਵਾਸਤੇ ਛੱਡਿਆ ਹੋਇਆਗਾ। ਉਹ ਗਾਂ ਦਾ ਦੁੱਧ ਅਤੇ ਦੂਸਰੀ ਗਾਂ ਦਾ ਫਰਕ ਕੀ ਹੈ? 1 ਮਹੀਨਾ ਦੁੱਧ ਪੀ ਕੇ ਤੁਹਾਡੇ ਸਾਹਮਣੇ ਆ ਜਾਣਾਗਾ। ਖੁਰਾਕ ਹੈ ਕੋਈ ਨਹੀਂ ਸਾਡੇ ਕੋਲ, ਸਮਾਂ ਸੀਗਾ ਲੋਕ
ਗੱਡੀਆਂ ਮਾੜੀਆਂ ਰੱਖਦੇ ਸੀਗੇ, ਕੱਪੜੇ ਮਾੜੇ ਪਾਉਂਦੇ ਸੀ, ਪਰ ਖੁਰਾਕ ਬਹੁਤੀ ਤਕੜੀ ਸੀ ਉਹਨਾਂ ਲੋਕਾਂ ਦੀ। ਅੱਜ ਸਾਡੇ ਕੋਲ ਗੱਡੀਆਂ ਬਹੁਤ ਵੱਡੀਆਂ, ਘਰ ਬਹੁਤ ਵੱਡੇ ਆ, ਪੈਸਾ ਬੜਾ ਗਾ, ਅਤੇ ਖੁਰਾਕ ਬਰਗਰ, ਪੀਜ਼ਾ, ਨਿਊਡਲ, ਗੋਲ ਗੱਪੇ, ਟਿੱਕੀ, ਮਨਚੂਰੀਅਨ ਅਤੇ ਹੋਰ ਪਤਾ ਨਹੀਂ ਕਿ ਲੱਲੜ ਭੱਲੜ ਪਤਾ ਨਹੀਂ ਕੀ ਖਾਈ ਜਾਂਦੇ ਆ ਜੀ। ਖੁਰਾਕ ਦਾ ਸਿਰ ਦੁੱਧ ਪੀਣ ਵਾਲਾ ਜਿਹਨੇ ਤਕੜਾ ਹੋਣਾ ਉਹ ਵੀ ਨਾਪੀ ਜਾਂਦਾ। ਦੁੱਧ ਬਾਹਲਾ ਮਹਿੰਗਾ ਪੈਂਦਾ, ਆਪਣੇ ਲਈ ਵੀ ਕੋਈ ਚੀਜ਼ ਮਹਿੰਗੀ ਹੋ ਸਕਦੀ ਹੈ? 4000 ਦੀ ਸ਼ਰਟ ਖਰੀਦਣ ਵੇਲੇ ਤਾਂ ਮਹਿੰਗੀ ਲੱਗਦੀ ਨਹੀਂ ਗੀ। ਸਿਹਤ ਰਹੂਗੀ ਤਾਂ ਸਾਰਾ ਕੁਛ ਰਹਿਣਾ। ਪੰਜਾਬੀਓ, ਆਪਾਂ ਨੂੰ ਇਹ ਗੱਲ ਜਾਣਨੀ ਪੈਣੀ ਹੈ ਤਾਂ ਸਮਝਣੀ ਪੈਣੀ ਹੈ। ਕਿੱਡੇ ਕਿੱਡੇ ਹੱਥ ਸਾਡੇ ਬਜ਼ੁਰਗਾਂ ਦੇ ਦੇਖੇ ਤੁਸੀਂ, 6-6, 6.5-6 ਫੁੱਟੇ ਕੱਦ ਉਹਨਾਂ ਦੇ, ਉਹ ਪੀਂਦੇ ਰਹੇ ਬਾਲਟੀ ਬਾਲਟੀ ਦੁੱਧ, ਪਰ ਦੁੱਧ ਕਿਹੜਾ ਸੀਗਾ? ਸਮਝਣੀ ਇਹ ਗੱਲ ਹੈ। ਅਸੀਂ ਐਵੇਂ ਬਲੈਤੀ ਗਾਈਆਂ ਦਾ 25 ਲੀਟਰ ਵਾਲਾ ਦੁੱਧ, ਜਿਹਦਾ ਡਰਾਈ ਪਾਊਡਰ ਬਣਦਾ ਇਸ ਦੁੱਧ ਦਾ, ਅਸੀਂ ਚੱਕ ਕੇ ਪੀ ਜਾਂਦੇ, ਨਾ ਕੁਛ ਕਰਦਾ ਹੈ, ਉਲਟਾ ਸਾਡੇ ਅੰਦਰ ਹੀਟ ਵਧਾਉਂਦਾ ਹੈਗਾ। ਇਹ ਸਾਰੀਆਂ ਗੱਲਾਂ ਨੂੰ ਸਮਝ ਕੇ ਤਾਂ ਅਸੀਂ ਆਪਣੇ ਆਪ ਨੂੰ ਬਚਾ ਸਕਾਂਗੇ, ਤਾਂ ਅਸੀਂ ਆਪਣੇ ਬੱਚਿਆਂ ਦੀ ਸਿਹਤ ਬਣਾ ਸਕਾਂਗੇ। ਖਾਸ ਕਰਕੇ ਮੈਂ ਨੌਜਵਾਨ ਬੱਚਿਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ, ਤੁਸੀਂ ਮੇਰੇ ਭਰਾ ਹੋ ਛੋਟੇ, ਮੇਰੇ ਤੋਂ ਵੱਡੇ ਹੋ ਤਾਂ ਮੇਰੇ ਤੋਂ ਵੱਡੇ ਬਜ਼ੁਰਗ ਹੋ, ਚਾਹੇ ਮੇਰੇ ਵੱਡੇ ਭਰਾ ਹੋ, ਜਿਹੜੇ ਮੇਰੇ ਤੋਂ ਛੋਟੇ ਹੋ ਸਾਰੇ ਮੇਰੇ ਭੈਣ ਭਰਾ ਮਾਰ ਕੇ ਆਓ। ਤੁਸੀਂ ਦੇਸ਼ ਦਾ ਭਵਿੱਖ ਹੋ ਅਤੇ ਕੌਮ ਦਾ ਸਰਮਾਇਆ ਹੋ, ਪਰ ਕੀ ਤੁਹਾਨੂੰ ਲੱਗਦਾ ਤੁਹਾਨੂੰ ਟੈਨਸ਼ਨ ਤਾਂ ਗ੍ਰਸਤ ਦੀ ਨਹੀਂ ਖਾ ਜਾਣਾ ਗਾ, ਬਾਕੀ ਗੱਲਾਂ ਦਾ ਧਿਆਨ ਰਹਿਣਾ ਕਿੱਥੇ ਆ? ਅੱਛੀ ਗ੍ਰਸਤੀ ਜਿਉਣ ਵਾਸਤੇ ਸਭ ਤੋਂ ਪਹਿਲਾਂ ਸੈਕਸ ਐਜੂਕੇਸ਼ਨ ਸਾਡੇ ਦਿਮਾਗ 'ਚ ਲਿਆਉਣੀ ਪੈਣੀ ਹੈ। ਸਾਨੂੰ ਸਮਝਣਾ ਪੈਣਾ ਕਿ ਅਸੀਂ ਕਿਵੇਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ, ਕਿਵੇਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ, ਔਰ ਕਿਹੜੀਆਂ ਚੀਜ਼ਾਂ ਦੇ ਇਫੈਕਟ ਆ। ਖਾਸ ਕਰਕੇ ਮੈਂ ਆਪਦੀ ਉਮਰ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ, ਬਜ਼ੁਰਗਾਂ ਨੂੰ, ਆਪਾਂ ਸਾਰੇ ਬੁੱਢੇ ਹੀ ਹੋ ਚੱਲੇ ਹਾਂ ਹੁਣ, ਜਿਹੜੇ ਲੋਕਾਂ ਨੇ ਬਚਪਨ 'ਚ ਹੱਥ ਰੱਸੀ ਕਰੀਏ ਤਾਂ 40-50 ਸਾਲ ਦੇ ਆ, ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ, ਤੁਸੀਂ ਨੌਜਵਾਨ ਬੱਚਿਆਂ ਨੂੰ ਬੜੀ ਵੱਡੀ ਸੇਧ ਦੇ ਸਕਦੇ ਹੋ। ਜਿਨ੍ਹਾਂ ਨੇ ਹੱਥ ਰੱਸੀ ਕਰਕੇ ਉਦੋਂ ਜ਼ਿੰਦਗੀ ਤਬਾਹ ਕੀਤੀ ਹੈ, ਉਹ ਵੀ ਦੱਸ ਸਕਦੇ ਵੀ ਮੈਂ ਜੇ ਇਹ ਕੰਮ ਕੀਤਾ ਸੀ ਅਤੇ ਅੱਜ ਆਹ ਰਿਜ਼ਲਟ ਆ। ਕਿਤੇ ਜਾ ਕੇ ਸਾਡੇ ਨੌਜਵਾਨ ਬੱਚੇ ਬਚ ਸਕਦੇ ਆ। ਬੇਨਤੀ ਇੱਕੋ ਹੀ ਹੈ, ਆਪਦੇ ਆਪ ਕੋਈ ਬਿਮਾਰੀ ਆਪਦੇ ਆਪ ਨੂੰ ਨਾ ਲਾਓ, ਨਾ ਹੱਥ ਰੱਸੀ ਕਰੋ, ਨਾ ਸੁਪਨ ਦੋਸ਼ ਵਾਲੇ ਪਾਸੇ ਨੂੰ ਜਾਓ, ਨਾ ਪੌਰਨ ਮੂਵੀਆਂ ਦੇਖ ਦੇਖ ਕੇ ਕਾਮ ਚੰਦਰ ਕਰੋ, ਕੱਪੜੇ ਲਾਏ ਨਹੀਂ, ਲੈਣਾ ਨਹੀਂ, ਦੇਣਾ ਨਹੀਂ, ਅਤੇ ਦਿਮਾਗ 'ਚ ਹੀ ਸੈਕਸ ਚੱਲੀ ਜਾਂਦਾ ਗਾ, ਅਤੇ ਦਿਮਾਗ ਦੀ ਗਰਾਰੀ ਸਾਰੀ ਜਿਹੜੀ, ਮੈਂ ਜੀ ਫੋਨ ਕਰਦਾ ਕਿਸੇ ਨੂੰ, ਇੰਦਰੀ 'ਚੋਂ ਲਾਲਾਂ ਨਿਕਲਦੀਆਂ, ਹੁਣ ਲਾਲਾਂ ਨਿਕਲਣੀਆਂ ਕਿਹਦੀਆਂ ਨੇ ਜਦੋਂ ਦਿਮਾਗ ਤਾਂ ਬੰਦ ਹੀ ਨਹੀਂ ਕਰਨੀ ਸਪੀਡ ਤਾਂ? ਉਹ ਬਿਮਾਰੀ ਨੇ ਤੁਹਾਨੂੰ ਬਿਲਕੁਲ ਨਾਮਰਦ ਬਣਾ ਦੇਣਾ ਗਾ। ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ। ਮੇਰੀ ਕਿਸੇ ਵੀ ਗੱਲ ਦਾ ਤੁਹਾਨੂੰ ਕੋਈ ਗੱਲ ਮਾੜੀ ਲੱਗ ਗਈ ਹੋਵੇ, ਤੁਹਾਨੂੰ ਲੱਗਦਾ ਹੋਵੇ, ਤਾਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਣੀ ਹੈ ਗੱਲ। ਪਰ ਇੱਕ ਤੁਹਾਨੂੰ ਬੇਨਤੀ ਕਰਦਾ, ਹੱਥ ਰੱਸੀ ਨਹੀਂ ਕਰਨੀ, ਸਿਮਨ ਬਚਾਉਣਾ, ਅੰਦਰ ਬਲ ਹੋਊਗਾ ਤਾਂ ਤੁਸੀਂ ਅੱਛੀ ਗ੍ਰਸਤੀ ਜ਼ਿੰਦਗੀ ਜਿਉਂ ਸਕੋਗੇ। ਜ਼ਿਆਦਾ ਜਾਣਕਾਰੀ ਵਾਸਤੇ ਦਿੱਤੇ ਗਏ ਨੰਬਰ 'ਤੇ ਸੰਪਰਕ ਕਰੋ। ਡਾਕਟਰ JD ਆਯੁਰਵੇਦਾ ਦਾ ਸਾਡਾ ਆਪਣਾ ਚੈਨਲ ਹੈ, ਯੂਟਿਊਬ ਚੈਨਲ ਵੀ ਹੈ, ਫੇਸਬੁੱਕ ਵੀ ਹੈ, ਇੰਸਟਾਗ੍ਰਾਮ ਵੀ ਹੈ। ਬਹੁਤ ਸਾਰੇ ਲੋਕਾਂ ਨੇ ਪਿਆਰ ਦਿੱਤਾ, ਸਾਨੂੰ ਸਬਸਕ੍ਰਾਈਬ ਕੀਤਾ, ਕੋਸ਼ਿਸ਼ ਕਰੀ ਹੈ। ਵਾਹਿਗੁਰੂ ਕਿਰਪਾ ਕਰਨ, ਸਮਾਜ ਚੰਗਾ ਰਹੇ। ਇੱਕੋ ਨਾਰਾ ਆਪਾਂ ਬੁਲੰਦ ਕਰੀਏ ਵੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।